فيها من القاعدة من العشق دليل معي من الطهار تسكنه ورزقا طوا وتمتعه في عهد طويلا يا رب محمد وعلى محمد وعجل فرجهم مخرج صلى الله عليه وسلم. أعوذ بالله من الشيطان الرجيم. بسم الله الرحمن الرحيم. اللهم لله رب العالمين الصلاة والسلام على من كان نبيا وآدم بين الماء والتين صلوات دعا کر دا مالک کون مقام بنیان دی پوری وچھائی خرچ خرادات نال اپنی خصوصی بارگاہ وچ قبول فرما تو دا سارے عزت دار مومنین مومنات سادات غیر سادات دا دربار عالیہ وچ ٹر رہا مالک قبول فرما کوئی مومن اس وقت تک موت نہ ویکھے جب تک وہ چوڑا دا زوال نہ پہنچے خزانے غیب چ مالک ہر مومن دی مدد فرماوے علی ولی اللہ پڑھن والیاں نوں کسے دا محتاج نہ فرماوے قصیدہ پڑھدا پڑھیے قصیدہ چپ کر گئے ہو بابا جی سونا کر کے قصیدہ پڑھیے قصیدے علی صلوات پڑھو ساڈی فقہ وچ اسا شیعہ دے عقیدے مطابق جڑا ساڈے کولو ایک عمل دی قبولیت دا معیار ہے وہ قصیدہ پڑھ عملاں دے معیار تے نہ ہے در دا عملاں دے معیار تے نہ ہے در دا عملاں دے معیار تے نہ ہے در دا عملاں دے معیار تے نہ ہے لڑکے نال علی دے ماں بدنام نہ کر اماں دے کردار تے نہ ہے در دا سارے بولو حیدری مہربانی جناب سین راضی ہوے میں حج تے جا رہی ہوں حج تے حضرت صاحب حج تے جا رہی ہوں حضرت صاحب تو ونج اسا کو تین روکے اسا دانے تو شالا ونج تے وقت پیچھے ہی نہ خدا انداد کیا کون رہو مگر حج دے ویسے او یار کیا من کرے سے حج تے جو ویسے ہیں ایتھے علی دا نام آوے تیری طبیعت خراب ہوں گی ایتھے تو 5 لاکھ کے بھر کے جاؤں ہیں تے کیا من کرے سے بغضی علی دے دسترخان تے پلیا ہے
ਸੌਖਾ ਹੋ ਕੇ ਹਜ ਤੇ ਚੱਲਿਆ ਹੈ, ਔਖਾ ਸੌਖਾ ਹੋ ਕੇ ਹਜ ਤੇ ਚੱਲਿਆ ਹੈ, ਖਰਚਾ ਸ਼ਰਚਾ ਕਰਕੇ ਵੀ ਮਰ ਜਾਣਾ ਹੈ, ਕਾਬੇ ਦੀ ਦੀਵਾਰ ਤੇ ਨਾ ਹੈ ਹੈਦਰ। ਮਿਹਰਬਾਨੀ ਹੱਥ ਉੱਚੇ ਹੈ ਦਰੀ, ਮਿਹਰਬਾਨੀ ਜਨਾਬ। ਮੌਲਾ ਸਲਾਮਤ ਰੱਖੇ। ਮਦੀਨੇ ਸ਼ਹਿਰ ਤੋਂ 6 ਮੀਲ ਬਾਹਰ ਇੱਕ ਜੰਗ ਲੜੀ ਗਈ ਹੈ, ਜਿਸ ਜੰਗ ਦਾ ਨਾਮ ਹੈ ਜੰਗ ਏ ਉਹਦ। ਕਿਆ ਨਾਮ? ਮਾਸ਼ਾ ਅੱਲਾਹ। ਇਹ ਉਹ ਜੰਗ ਏ ਜਿਹਦੇ ਵਿੱਚ ਹਜ਼ੂਰ ਪਾਕ ਨੂੰ ਮਾਰਕਾ ਛੋੜ ਕੇ ਭੱਜ ਗਏ। ਚਲੋ ਬਿਸਮਿਲਲਾ, ਚਲੋ ਠੀਕ ਹੋ ਗਿਆ। ਵੈਸੇ ਪ੍ਰੋਗਰਾਮ ਹੀ ਇਹ ਆਈ ਵੀ ਅਫਤਾਰੀ ਤੋਂ ਪਹਿਲੇ ਪਹਿਲੇ ਮਜਲਿਸ ਪੁਰਬਾਸ਼ ਹੋ ਜਾਵੇ। ਮੈਂ ਮੇਰਾ ਸ਼ੇਰ ਸੁਣੇ। ਇਹ ਇਸ ਜੰਗ ਵਿੱਚ ਹਜ਼ੂਰ ਪਾਕ ਦਾ ਦੰਦ ਸ਼ਹੀਦ, ਦੰਦ ਮੁਬਾਰਕ ਸ਼ਹੀਦ ਹੋਇਆ। ਮੌਲਾ ਅਲੀ ਖੜ੍ਹੇ ਰਹੇ, ਬਾਕੀ ਸਾਰੇ ਭੱਜ ਗਏ। ਅਸੂਲ ਇਹ ਹੈ ਕਿ ਮਾਸੂਮ ਸਾਡੇ ਨਬੀ ਸਾਡੇ ਇਮਾਮ ਸਾਡੇ, ਤਾਂ ਬੰਦਾ ਨੀਤੀ ਫਰੀਜ਼ਾ ਨਮਾਜ਼ ਨੀਤੀ ਖੜੋਵੇ ਅਤੇ ਨਮਾਜ਼ ਬੰਨ ਦੇਵੇ ਲੱਭੇ ਪਾਖੇ, ਅਤੇ ਇਹਨਾਂ ਨੂੰ ਹਜ਼ੂਰ ਪਾਕ ਸੜਿਆਂਦੇ ਰਹਿਣ, ਕਹੀਂ ਪਿੱਛੇ ਮੁੜ ਕੇ ਨਹੀਂ ਦਿੱਠਾ। ਮੌਲਾ ਅਲੀ ਕੋਲੋਂ ਹਜ਼ੂਰ ਪਾਕ ਪੁੱਛਿਆ, ਯਾ ਅਲੀ, ਇਹ ਜੋ ਸਾਰੇ ਭੱਜ ਗਏ, ਤੂੰ ਕਿਉਂ ਨਾ ਭੱਜਿਓ, ਮੈਂ ਸਦਕੇ ਜਾਵਾਂ। ਕੁੱਲੇ ਈਮਾਨ ਹੱਥ ਬੰਨ ਕੇ ਅਰਜ਼ ਕੀਤੀ, ਤੁਹਾਨੂੰ ਮੈਦਾਨ ਵਿੱਚ ਇਕੱਲਾ ਛੋੜ ਕੇ ਭੱਜਾਂ, ਦਾਇਰਾ ਇਸਲਾਮ ਵਿੱਚੋਂ ਬਾਹਰ ਹੋ ਜਾਵਾਂ। ਖੁੱਲ੍ਹੇ ਈਮਾਨ। ਇਹ ਉਹ ਜੰਗ ਏ ਜੰਗ ਏ ਉਹਦ, ਜਿੱਥੇ ਮੌਲਾ ਅਲੀ ਨੂੰ ਅੱਲਾ ਨੇ ਤਲਵਾਰ ਦਿੱਤੀ ਹੈ, ਜ਼ੁਲਫਕਾਰ ਦਿੱਤੀ ਹੈ। ਮੇਰੇ ਖਿਆਲ ਤੁਸੀਂ ਨਾ ਹੀ ਕੋਈ ਸੁਣਿਆ ਜ਼ੁਲਫਕਾਰ। ਹੁਣ ਅਬੂ ਹੱਲੇ ਹੀ ਨੇ ਇਹ ਉਹ ਤਲਵਾਰ ਆਈ ਜਿਹੜੀ ਇੱਥੋਂ ਮੌਲਾ ਖਲੋ ਕੇ ਇਰਾਦਾ ਕਰਦੇ ਹਨ, ਉਹ 70 ਗਜ਼ ਤੋਂ ਬਣ ਕੇ ਘੋੜੇ ਮੂੰਹ ਵਾਲੇ ਦਾ ਸਿਰ ਕੱਪ ਲੈਂਦੀ। ਇਹ ਸਾਰੇ ਮਾਰਕਾ ਇਹ ਮੁੜ ਵੱਖਰੇ ਬਵੇਂ ਨਾ, ਅਤੇ ਬੜਾ ਚੋ ਚੋ ਕੇ ਡਵੇਂ, ਵਾਹ ਜੀ ਵਾਹ, ਕੋਈ ਇਨਸਾਫ ਹੈ? ਚੌਕੀ ਤਲਵਾਰ ਦੇ ਪੈਸੇ ਭਰੇ ਨੇ, ਯਾ ਅਲੀ, ਅੱਲਾ ਬੇਜੀਏ, ਬਸ ਉਹ ਕਮਾਲ, ਸਾਨੂੰ ਅਲੀ ਹੱਥ ਹੀ ਨਹੀਂ ਲਾਉਣ ਦਿੰਦਾ। ਚਲੋ ਸਾਨੂੰ 1-2 ਵਾਰੀ ਸਾਨੂੰ ਤਾਂ ਲੜਨ ਦੇਵੇ ਆ ਤਲਵਾਰ ਨਾਲ। ਇਹ ਉਸ ਵੇਲੇ ਇਹਨਾਂ ਦੀ ਬੋਲਤੀ ਬੰਦ ਹੋਈ ਜਦਾਂ ਜੰਗ ਖੰਦਕ ਵਿੱਚ ਉਮਰ ਬਿਨ ਅਬਦੇ ਵੁੱਧ ਮੌਲਾ ਅਲੀ ਨੂੰ ਆਖਿਆ, ਮੇਰੀ ਆਖਰੀ ਹਸਰਤ ਹੈ, ਇੱਕ ਵਾਰੀ ਤਲਵਾਰ ਮੈਨੂੰ ਦੇ। ਮੌਲਾ ਤਲਵਾਰ ਸੱਟੀ, ਬਸ ਚੈਂਦਾ ਚੈਂਦਾ ਮੂੰਹ ਬਾਹਰ ਵੱਜ ਬੈਠਾ। ਉਸ ਵੇਲੇ ਮਰ ਕੇ ਆਖਿਆ, ਉਹ ਤੇਰਾ ਬਲ ਹੋਵੇ, ਸ਼ੁਕਰ ਚਵਲ ਨਹੀਂ ਸੇ ਵੱਢ ਖਲ। ਉਹ ਪਿੱਛੇ ਪਿੱਛੇ ਤਾਂ ਲੜਦੇ ਆਸੇ, ਅਤੇ ਸ਼ੁਕਰ ਅਲੀ ਕੋਲੋਂ ਮੰਗੀ ਨਾ ਸੇ, ਜਿਹੜਾ 1000 ਬੰਦੇ ਨਾਲ ਇਕੱਲਾ ਲੜਦਾ ਉਹ ਚਾਹ ਨਹੀਂ ਪੀ ਸਕਦਾ। ਮਸਜਿਦ ਨਬੀ ਆਈ, ਧਮੀ ਧਮੀ ਦਾ ਵੇਲ ਆਈ, ਉੱਥੇ ਹਜ਼ਰਤ ਸਲਮਾਨ ਮੁਹੰਮਦੀ ਦਾ ਮੁਸੱਲਾ ਆਈ। ਇੱਥੇ 2 ਬੰਦੇ ਆਪਸ ਗੱਲਾਂ ਬੈ ਕਰਦੇ ਹਨ, ਉਹ ਆਦਿਆਂ ਨੇ ਕੋਈ ਗੱਲ ਨਹੀਂ, ਸਾਨੂੰ ਅਲੀ ਤਲਵਾਰ ਨੂੰ ਹੱਥ ਨਹੀਂ ਲਾਉਣ ਦਿੰਦਾ, ਯਾ ਅਲੀ ਸਾਨੂੰ ਜ਼ੁਲਫਕਾਰ ਨੂੰ ਵੇਖਣ ਨਹੀਂ ਦਿੰਦਾ। ਅਸਾਂ ਰਸੂਲ ਪਾਕ ਦੇ ਅੱਗੋਂ ਅਕਸਾਂ ਹੈ, ਯਾ ਰਸੂਲ ਅੱਲਾ, ਇਹ ਕਿਆ ਵਜ੍ਹਾ ਹੈ? ਅਲੀ ਸਾਡਾ ਹੱਕ ਬਣਦਾ ਹੈ, ਇਹ ਅੱਲਾ ਦੇ ਅਰਸ਼ ਤੋਂ ਤਲਵਾਰ ਆਈ ਹੈ, ਅਲੀ ਆਪ ਚਾਹੁੰਦਾ ਹੈ, ਸਾਨੂੰ ਨਹੀਂ ਚਾਹਣ ਦਿੰਦਾ, ਸਾਨੂੰ ਲੜਨਾ ਨਹੀਂ ਦਿੰਦਾ। ਅਸਾਂ ਇੱਕ ਲਫ਼ਜ਼ ਆਦਿ ਹੁੰਦੇ ਹਾਂ, ਤੁਸੀਂ ਯਾਦ ਹੁੰਦੇ ਹੋ, ਉਹ ਪੁਰਾਣੇ ਆ, ਕਈ ਰੋਟੀ ਛੋਟੀ ਖਾਧੀ ਹੈ, ਆਨੇ ਉਹ ਪੱਖਾ ਸ਼ੱਖਾ ਲੱਗਾ ਖਾਲਾ, ਤੁਸੀਂ ਕੋਈ ਨਹੀਂ ਯਾਦ, ਤੂੰ ਮੁੜ ਬੋਲੇ ਕਿਉਂ ਨਹੀਂ ਹੁੰਦਾ ਨਾ ਵੀ, ਕੋ ਪਾਣੀ ਛਾਣੀ, ਕੋਈ ਸਾਊਂਡ ਸ਼ਾਊਂਡ। ਇਹ ਜਿਹੜਾ ਸਾਊਂਡ ਹੈ, ਲਫ਼ਜ਼ ਹੈ, ਸ਼ਾਊਂਡ ਜਿਹੜਾ ਹੈ, ਇਹ ਮੁਹਮਲ ਹੈ, ਮਗਰ ਇਹ ਚਸ ਬਣਾ ਗਏ ਲਫ਼ਜ਼ ਅਤੇ ਮੁਹਮਲ ਦੋ ਰਲ ਕੇ। ਇੱਥਾਂ ਹੀ ਮੈਂ ਸ਼ੇਰ ਪੜਿਆ ਹੈ, ਹਜ਼ਰਤ ਸਲਮਾਨ ਮੁਸੱਲਾ ਛੋੜਿਆ, ਇਸ ਬੰਦੇ ਦਾ ਕੰਨ ਨੱਪ ਕੇ ਪਿਆਦਾ ਹੈ, ਆਪਣੇ ਜ਼ੋਰ ਤੂੰ ਕੰਮ ਨਾ ਕਰਿਆ, ਛੋਟੀਆਂ ਛੋਟੀਆਂ ਚਾ ਕੇ ਲੜਿਆ ਛੜਿਆ ਕਰ। ਸੁਭਾਨੱਲਾਹ, ਮਿਹਰਬਾਨੀ, ਉੱਚਾ ਬੋਲੋ ਸਾਰੇ ਹੈਦਰੀ, ਬਿਸਮਿਲ੍ਲਾ। ਮਿਹਰਬਾਨੀ ਜਨਾਬ, ਸਲਮਾਨ ਪਿਆਦਾ ਆਪਣੇ ਘਰ ਤੋਂ ਜ਼ਿਆਦਾ ਕੰਮ ਨਾ ਕਰੇ, ਛੋਟੀਆਂ ਛੋਟੀਆਂ ਚਾ ਕੇ ਲੜਿਆ ਚੜਿਆ ਕਰ, ਛੋਟੀਆਂ ਛੋਟੀਆਂ ਚਾ ਕੇ ਲੜਿਆ ਚੜਿਆ ਕਰ, ਜਿਹੜੀ ਅਰਸ਼ ਪਰੀਨ ਤੂੰ ਨਾਜ਼ਿਲ ਹੋਈ
رب دی اس تلوار تے نہ ہی حیدر مہربانی بھائی اتنا پڑھنا ہی میں جنہیں میں پڑھ لیا حق علی دے نال ہے حضور پاک دی حدیث الحق ما علی و علی المال میں آخیا ہے اتھے بھی میں پڑھسا 11-12 منٹ ہوں 9 منٹ ہو گئے 3 منٹ باقی رہ گئے اسی دے وچ میں ممبر خالی کروں حق علی دے نال ہے تے علی حق نال ہے ماہ رمضان ہے اج 26 رمضان 26 رمضان 10 رمضان دی گل پیا کردا جد ملیکت العرب جناب خدیجۃ الکبریٰ دا آخری ویلا نبی سران دی آ بیٹھن بطول دی ماں میرے گھر چ آئیں تے سب کچھ اسلام دیتا ہے منگیا کچھ نہیں ہن تیرے آخری ساہ ہیں میں چاہنا تو منگ میں دے ہوں مولا تساں فرمایا ہی نا بطول نو جھولی چ پا کے تو 11 اماماں دی ماں بن گئی میں ہور کیا مانگ فرمایا نہیں میرا جو دل لے جدا نبی مجبور کیتا ہے میری سین آسے پاسے ڈٹھا ہے 3.5 سال سن ہائی جناب سیدہ دا جدا ماں دنیا تو پری ہے تے جڑی دھی نو پتہ لگ جاوے بے میری ماں لازے دی مہمان ہے اس مٹی تے بہنا ہے نا بی بی اودے ڈٹھا ہے جدے بطول مٹی تے بیٹھی آئی ملکہ تلرم حد چاہے زہرا مرحبا حق بندائی نبی تسلی دے ویا آخیا نہ رو تیری دھی دا ضامن بولو اے حق بندائی مگر اتنا رونا رسول داڑی ہنجوا نال پس گئی ہاتھ من کیا دیے ہے تا میری ہکا تھی میں فارت کی دیے تو سرون پہ گیا نبی فرمایا تیری دھی دے آون والے دکھ پہ روئے دل ہاتھ من کیا دیے تے جے سلطان دی دھی ہو کے کیو جے دکھ ویک سی نبی فرمایا جگر تے ہاتھ رکھ کے میری انگلی دے درمیان چویک بطول دی ماں ڈٹھے تا ماتم کر کے دیے مر جاواں کھڑی سائل بن کے چپ ہے در بی بی آدیے
صدقے بیٹھی سلاد دے ٹکڑے